ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੰਡ ਮਿੱਲ ਮੋਰਿੰਡਾ ਦਾ ਦੌਰਾ ਕੀਤਾ ਗਿਆ ਅਤੇ ਕਰਮਚਾਰੀਆਂ ਤੋਂ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਸਹਿਕਾਰਤਾ ਵਿਭਾਗ ਵੱਲੋਂ ਉਚੇਚੇ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਮੋਰਿੰਡਾ ਖੰਡ ਮਿੱਲ ਦੀ ਪੁਰਾਣੀ ਮਸ਼ੀਨਰੀ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਮਿੱਲ ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸਰ, ਜੇ ਮੋਰਿੰਡਾ ਮਿੱਲ ਦੀ ਗੱਲ ਕਰੀ ਜਾਵੇ ਤਾਂ ਇਨਫਰਾਸਟ੍ਰਕਚਰ ਬਹੁਤ ਪੁਰਾਣਾ ਹੋ ਗਿਆ, ਇਹਦੀ ਰਿਪੇਅਰਿੰਗ 'ਤੇ ਬਹੁਤ ਪੈਸੇ ਲੱਗ ਗਏ। ਕਰ ਰਹੇ ਹਾਂ, ਉਹਨਾਂ ਨੇ ਕਿਹਾ, ਇਹਨਾਂ ਨੇ ਦੱਸਿਆ ਕਿ ਹੁਣ ਇਹ ਸਭ ਤੋਂ ਪੋਸੀਬਲ ਨਹੀਂ, ਨੈਕਸਟ ਈਅਰ ਜਿਹੜਾ ਇਹਦਾ ਜੋ ਇਹਨਾਂ ਨੇ ਪ੍ਰੋਜੈਕਟ ਬਣਾ ਕੇ 25-30 ਕਰੋੜ ਰੁਪਏ ਇਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਬੋਇਲਰ ਵਗੈਰਾ ਉਹਨਾਂ ਨੂੰ ਚੇਂਜ ਕਰਕੇ ਲੱਗੇਗਾ, ਤੋ ਇਹਨਾਂ ਨੂੰ ਅਪਰੂਵਲ ਦਿੱਤਾ। ਇਹਨਾਂ ਨੇ ਕੀਤਾ ਕਿ ਜਿਹੜੀ ਕਿਸਾਨ ਨੂੰ ਜਿਹੜੀ ਇਨਫੋਰਮੇਸ਼ਨ ਜਾਏਗੀ ਕਿ ਤੇਰਾ ਗੰਨਾ 30 ਤਰੀਕ ਨੂੰ 9 ਵਜੇ 'ਤੇ ਉੱਥੋਂ ਤੋਂ ਕਰੇਗਾ, ਹੁਣ ਪਹਿਲਾਂ ਹੀ ਅਸੀਂ ਭੇਜ ਦਾਂਗੇ ਕਿ ਤੈਨੂੰ ਪਰਚੀ ਜਿਹੜੀ ਆ ਉਹਦੇ 'ਤੇ ਜਾਏਗੀ, 2 ਨੰਬਰ ਲਵਾਂਗੇ ਉਹਨਾਂ ਕੋਲ। ਇਹ ਵੀ ਕਹਿ ਸਕਦੇ ਹੈ ਕਿ ਮੇਰੇ ਜੀ ਨੰਬਰ 'ਤੇ ਮੇਰੇ ਕੋਲ ਮੈਸੇਜ, ਉਹਦੇ ਕੋਲ 2 ਅਲਟਰਨੇਟਿਵ ਨੰਬਰ ਦੇ ਨਾਲ ਲਵਾਂਗੇ, ਦੋਨਾਂ ਨੰਬਰਾਂ 'ਤੇ ਉਹ ਇਨਫੋਰਮੇਸ਼ਨ ਜਾਏਗੀ ਔਰ ਉਹ ਗੰਨਾ ਲੈ ਕੇ ਆਏਗਾ, ਉਹਦੇ ਲਈ ਟਾਈਮ ਦਿੱਤਾ ਜਾਏਗਾ ਕਿ 9 ਵਜੇ ਤੂੰ ਆਪਣਾ ਗੰਨਾ ਜਿਹੜਾ ਮੇਲ 'ਚ ਲੈ ਕੇ ਆਉ। ਅਤੇ ਅਸੀਂ, ਸਾਡੀ ਕੋਸ਼ਿਸ਼ ਹੈ ਕਿ 5 ਤੋਂ 6 ਘੰਟੇ ਦੇ ਵਿੱਚ ਜਿਹੜੀ ਟਰਾਲੀ ਫ੍ਰੀ ਕਰਕੇ ਤੂੰ ਘਰ ਵਾਪਸ ਭੇਜ। ਜੇਕਰ ਜ਼ਿਆਦਾ ਟਾਈਮ ਹੁੰਦਾ ਜੀ, ਉਹ ਫਿਰ ਉਹਨਾਂ ਨੂੰ ਕਰਾਂਗੇ ਕਿ ਉਹਨਾਂ ਨੂੰ ਜੱਥਾ ਜਾਏ, ਕਿਰਾਇਆ ਦਿੱਤਾ ਜਾਏ, ਉਹਨਾਂ ਦੇ ਟਾਈਮ ਦਾ ਜਿਹੜਾ ਵੱਧ ਟਾਈਮ। ਸਰ, ਪੈਟਰੋਲ ਪੰਪ ਦੀ ਗੱਲ ਕੀਤੀ ਹੈ, ਪੈਟਰੋਲ ਪੰਪ ਨਹੀਂ, ਇਹ ਤਾਂ ਇਹਨਾਂ ਨੂੰ ਪੁੱਛਿਆ ਕਿ ਜੇ ਇੱਥੇ ਪੈਟਰੋਲ ਪੰਪ ਲਾਇਆ ਜਾਏ, ਕਿ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਕਿ ਜੀ ਜਦੋਂ ਰਾਤ ਨੂੰ ਜਾਂਦੇ ਕਿ ਪੈਟਰੋਲ ਪੰਪ ਕੋਈ ਨਹੀਂ ਹੁੰਦਾ, ਸਾਡੇ ਕੋਲ ਮੇਨ ਰੋਡ ਦੇ ਉੱਪਰ ਆ, ਇਹਦੇ ਬਾਰੇ ਵੀ ਸੋਚਿਆ ਜਾਏ ਕਿ ਜਿਹੜਾ ਸ਼ੂਗਰ ਮਿੱਲ ਦੇ ਵਿੱਚ ਸ਼ੂਗਰ ਮਿੱਲ ਆਪ ਹੀ ਪੈਟਰੋਲ ਪੰਪ ਚਲਾਏ, ਜਿਹੜੀਆਂ ਸ਼ੂਗਰ ਮਿੱਲ ਇੱਥੇ ਮੇਨ ਰੋਡ ਦੇ ਉੱਤੇ ਹੈਗੀਆਂ ਨੇ, ਉਹਨਾਂ ਕੋਲ 4 ਮਹੀਨੇ ਤਾਂ ਸਾਡਾ ਸੀਜ਼ਨ ਹੈਗਾ ਹੀ ਆ, ਉਦੋਂ ਤਾਂ ਸੇਲ ਕਾਫੀ ਹੋ ਜਾਏਗੀ। ਅਸੀਂ ਚਾਹੁੰਦੇ ਹਾਂ ਕਿ ਬਾਅਦ 'ਚ ਵੀ ਮੇਨ ਰੋਡ ਦੇ ਉੱਤੇ ਕਰਕੇ ਇਹੋ ਜਿਹੀ ਕਿ ਵਾਧੂ ਆਮਦਨ ਜਿਹੜੀ ਮਿੱਲਾਂ ਸਟਾਰਟ ਹੋ ਜਾਏ, ਇਹਨਾਂ ਬਾਰੇ ਸੋਚਿਆ। ਸਰ, 30% ਜਿਹੜੀ ਕੋਪਰੇਟਿਵ ਮਿੱਲਾਂ ਦੀ ਪੇਮੈਂਟ ਹੋ ਰਹੀ ਹੈ, 30% ਅਸੀਂ ਸੀਜ਼ਨ ਤੋਂ ਪਹਿਲਾਂ ਕਰਦੇ।